welcom 7th class students beta ji 8.1 complete ho chuki hai te apan shuru kar rahe ha 8.2 jehdi ke kide naal related hai percentage theek hai ji ta percent hunda ki hai punjabi vich ki bolde ha ji ennu pratishat ta pehla apan dekhange hunda ki hai pratishat a fraction with denominator 100 is called percent ta pratishat ki nu kenne ha ji koi pin ਜਿਸ ਦਾ ਹਰ ਜਿਹੜਾ ਹੈ ਉਹ 100 ਹੁੰਦਾ ਠੀਕ ਹੈ ਹਰ ਉੱਪਰਲਾ ਅੰਸ਼ ਕੁਝ ਵੀ ਹੋਵੇ ਅੰਸ਼ ਜਿਹਦਾ ਹਰ 100 ਹੋਊਗਾ ਉਸ ਨੂੰ ਉਸ ਭਿੰਨ ਨੂੰ ਅਸੀਂ ਕੀ ਕਹਾਂਗੇ ਪ੍ਰਤੀਸ਼ਤ ਤੇ ਸਿੰਬਲ ਕਿਹੜਾ ਯੂਜ਼ ਕਰਦੇ ਆਪਾਂ ਪ੍ਰਤੀਸ਼ਤ ਲਈ ਦੇਖੋ ਇਹ ਵਾਲਾ ਸਿੰਬਲ ਯੂਜ਼ ਕਰਦੇ ਆਂ एग्जांपल ਦਿੰਦੀ ਆ ਮੈਂ 19/100 ਲਿਖਦੇ ਆ ਤਾਂ ਇਹ ਇਹ ਇੱਕ ਭਿੰਨ ਹੈ ਤੇ ਇਹਦੀ ਹਰ ਕਿੰਨੀ ਹੈ 100 ਤਾਂ ਇਹ ਕੀ ਹੋ ਗਿਆ ਪ੍ਰਤੀਸ਼ਤ ਤਾਂ ਲਿਖਾਂਗੇ ਕਿਵੇਂ 19 ਨਾਲ ਪ੍ਰਤੀਸ਼ਤ ਦਾ ਸਾਈਨ ਪਾ ਕੇ ਠੀਕ ਹੈ ਦੇਖੋ ਹੁਣ ਪਰਸੈਂਟ ਕੀ ਹੈ ਪ੍ਰਤੀਸ਼ਤ ਕੀ ਹੈ ਇਹ ਤੁਹਾਨੂੰ ਸਮਝ ਆ ਗਿਆ ਤਾਂ ਜਦੋਂ ਬੇਟਾ ਪ੍ਰਤੀਸ਼ਤ ਵਾਲੇ ਸਵਾਲ ਕਰਨੇ ਆ ਪਹਿਲਾਂ ਤਾਂ ਇਹ ਕੰਮ ਬਹੁਤ ਜ਼ਿਆਦਾ ਆਉਂਦੇ ਨੇ ਮੰਨ ਲਓ ਤੁਸੀਂ ਹੁਣ ਨੰਬਰ ਲਿੱਤੇ ਨੇ ਤੁਹਾਡੇ ਮੈਮ ਨੇ ਤੁਹਾਨੂੰ 10 ਦੇ ਵਿੱਚੋਂ 8 ਨੰਬਰ ਦਿੱਤੇ ਤੁਸੀਂ ਕੱਢਨੇ ਹੋ ਕਿ ਉਹ ਕਿੰਨੇ ਪਰਸੈਂਟ ਨੇ ਵੀ 100 ਦੇ ਵਿੱਚੋਂ ਤੁਹਾਡੇ ਕਿੰਨੇ ਨੰਬਰ ਨੇ ਤੁਸੀਂ ਸੁਣਿਆ ਹੋਊਗਾ ਜੇ ਤੁਹਾਡੇ ਨੰਬਰ ਆਂਦੇ ਨੇ 500 ਦੇ ਵਿੱਚੋਂ ਮੰਨ ਲਓ ਕਿਸੇ ਬੱਚੇ ਦੇ 475 ਨੰਬਰ ਆਂਦੇ ਨੇ ਤਾਂ ਉਹ ਕੀ ਕਹਿੰਦਾ ਕਿ ਉਹਦੇ ਕਿੰਨੇ ਪਰਸੈਂਟ ਨੰਬਰ ਨੇ ਕਿੰਨੇ ਪ੍ਰਤੀਸ਼ਤ ਨੰਬਰ ਨੇ ਤਾਂ ਉਹ ਕਿਵੇਂ ਕੱਢਦੇ ਹੁੰਨੇ ਆ ਬੇਟਾ ਇੰਟੂ 100 ਕਰਕੇ ਦੋ ਜ਼ੀਰੋ ਨਾਲ ਦੋ ਜ਼ੀਰੋਆਂ ਕੱਟ ਗਈਆਂ ਇਹਨਾਂ ਆਪਾਂ 5 ਨਾਲ ਕਟਾ ਲੈਣੇ ਆ 9 5 45 ਤਾਂ ਦੇਖੋ 95% ਨੰਬਰ ਨੇ ਉਹਦੇ ਕਲੀਅਰ ਹੋ ਗਈ ਗੱਲ ਇਹ ਤਾਂ ਪਰਸੈਂਟ ਆਪਣੇ ਹੋਰ ਵੀ ਬਹੁਤ ਥਾਵਾਂ ਤੇ ਕੰਮ ਆਉਂਦਾ ਆਪਾਂ ਦੇਖਾਂਗੇ ਆਪਣੀ ਐਕਸਰਸਾਈਜ਼ ਦੇ ਵਿੱਚ ਕਿ ਪਰਸੈਂਟ ਦੇ ਕੀ ਕੀ ਯੂਸੇਸ ਨੇ ਤੇ ਕਿਵੇਂ-ਕਿਵੇਂ ਆਪਾਂ ਪਰਸੈਂਟ ਨਾਲ ਰਿਲੇਟਡ ਜਿਹੜੇ ਸਾਮਨੇ ਉਹ ਸੋਲਵ ਕਰ ਸਕਦੇ ਆ ਤੇ ਬੇਟਾ ਇਹਨਾਂ ਦੀਆਂ ਕਈ ਕੁਆਲਿਟੀਆਂ ਵੀ ਨੇ ਜਿਵੇਂ ਪਰਸੈਂਟ ਹੈ ਤਾਂ ਉਹਨੂੰ ਆਪਾਂ ਫ੍ਰੈਕਸ਼ਨ ਚ ਵੀ ਲਿਖ ਸਕਦੇ ਆ ਫ੍ਰੈਕਸ਼ਨ ਕਨਵਰਟ ਕਨਵਰਟਡ ਇਨਟੂ ਕਨਵਰਟਡ ਇਨਟੂ ਫ੍ਰੈਕਸ਼ਨ ਮਤਲਬ ਜੇ ਪ੍ਰਤੀਸ਼ਤ ਲਿਖਿਆ ਹੋਇਆ ਮੰਨ ਲਓ 7% ਲਿਖਿਆ ਹੋਇਆ ਤੇ ਇਹਨੂੰ ਆਪਾਂ ਫ੍ਰੈਕਸ਼ਨ 'ਚ ਵੀ ਲਿਖ ਸਕਦੇ ਹਾਂ 7/100 ਇਹਨੂੰ ਆਪਾਂ ਰੇਸ਼ਿਓ 'ਚ ਵੀ ਲਿਖ ਸਕਦੇ ਹਾਂ ਅਨੁਪਾਤਾਂ 'ਚ ਵੀ ਲਿਖ ਸਕਦੇ ਹਾਂ ਮਤਲਬ ਕਿਦਾਂ 7:100 ਇਹਨੂੰ ਆਪਾਂ ਡੈਸੀਮਲ 'ਚ ਵੀ ਲਿਖ ਸਕਦੇ ਹਾਂ ਡੈਸੀਮਲ ਮਤਲਬ ਦਸ਼ਮਲਵ 'ਚ ਵੀ ਲਿਖ ਸਕਦੇ ਹਾਂ ਕਿਦਾਂ 7/100 ਹੈ ਤਾਂ ਇਹ ਕਿਦਾਂ ਲਿਖਿਆ ਜਾਊਗਾ 0.07 ਤਾਂ ਇਹdੀਆਂ ਕੁਝ ਕੁਆਲਿਟੀਆਂ ਹੋ ਗਈਆਂ ਜਿਹੜੀਆਂ ਆਪਾਂ ਸਮ ਕਰਦੇ ਵੇਲੇ ਯਾਦ ਰੱਖਣੀਆਂ ਨੇ ਤਾਂ ਚਲੋ ਮੂਵ ਕਰਦੇ ਆਪਾਂ ਆਪਣੀ ਐਕਸਰਸਾਈਜ਼ 8.2 ਤੇ ਤਾਂ ਅਰੇ ਜੇ ਦੇਖੋ ਫਸਟ ਸਮ ਕਨਵਰਟ ਦਾ ਫੋਲੋਇੰਗ ਫ੍ਰੈਕਸ਼ਨਸ ਇੰਟੂ ਪਰਸੈਂਟ ਤਾਂ ਆਪਾਂ ਨੂੰ ਕੁਝ ਭਿੰਨਾਂ ਦਿੱਤੀਆਂ ਹੋਈਆਂ ਨੇ ਉਹਨੂੰ ਕਾਦੇ ਵਿੱਚ ਬਦਲਣਾ ਹੈ ਪ੍ਰਤੀਸ਼ਤ ਵਿੱਚ ਤਾਂ ਪਹਿਲੇ ਦਾ ਪਹਿਲਾ ਸਵਾਲ ਬਟੇ 1/8 ਇਹਨੂੰ ਆਪਾਂ ਬਦਲਣਾ ਜੀ ਪ੍ਰਤੀਸ਼ਤ ਦੇ ਵਿੱਚ ਤਕੀਮ ਮੈਥਡ ਹੈ ਰਾਜੇ ਇਹਨੂੰ 100 ਨਾਲ ਗੁਣਾ ਕਰ ਲਓ ਕਿਉਂਕਿ ਆਪਾਂ 100 ਦੇ ਵਿੱਚੋਂ ਮੁੱਲ ਕੱਢਣਾ ਚਾਹੁੰਦੇ ਆ ਹੁਣ 8 ਤੇ 100 ਕਿਸੇ ਪਹਾੜੇ ਤੇ ਕੱਟਦੇ ਨੇ ਦੋਨੋਂ ਕਿਸੇ ਇੱਕ ਪਹਾੜੇ ਤੇ ਆਉਂਦੇ ਨੇ ਹਾਂਜੀ ਇਹ ਦੋ ਦੇ ਪਹਾੜੇ ਤੇ ਆਉਂਦੇ ਨੇ ਦੋ ਦੇ ਪਹਾੜੇ ਤੇ 8 ਕਿੱਥੇ ਆਉਂਦਾ 4 ਤੇ ਦੋ ਦੇ ਪਹਾੜੇ ਤੇ 100 ਕਿੱਥੇ ਆਉਂਦਾ 50 ਤੇ ਹੁਣ 50 ਤੇ 4 ਫੇਰ ਦੋ ਦੇ ਪਹਾੜੇ ਤੇ ਕੱਟਦੇ ਨੇ ਤਾਂ ਲਾਸਟ ਤੇ ਆਪਣੇ ਕੋਲੇ ਆਨਸਰ ਆ ਜਾਊਗਾ 25/2 ਤਾਂ 25/2 ਪ੍ਰਤੀਸ਼ਤ ਦੇ ਵਿੱਚ ਆਪਾਂ ਇਹਨੂੰ ਐਦਾਂ ਨਹੀਂ ਲਿਖ ਸਕਦੇ ਜਾਂ ਤਾਂ ਇਹਨੂੰ ਬੇਟਾ ਮਿਸ਼ਰਤ ਮਿਕਸਡ ਫ੍ਰੈਕਸ਼ਨ ਦੇ ਵਿੱਚ ਬਦਲਣਾ ਪਊਗਾ ਮਿਸ਼ਰਤ ਭਿੰਨ ਦੇ ਵਿੱਚ ਬਦਲਣਾ ਪਊਗਾ ਜਾਂ ਫਿਰ ਇਹਨੂੰ ਪੁਆਇੰਟਾਂ 'ਚ ਬਦਲਣਾ ਪਊਗਾ ਤਾਂ ਇਹਨੂੰ ਮਿਸ਼ਰਤ ਭਿੰਨ ਦੇ ਵਿੱਚ ਬਦਲੋ ਦੋ ਬਾਹਰ ਰੱਖਣਾ ਹੈ 25 ਅੰਦਰ ਰੱਖਣਾ ਹੈ ਭਾਗ ਕਰੋ 1 2 2 ਣੀ ਉੱਪਰ ਉਤਾਰਿਆ 5 2 ਤੇ ਗਿਆ 4 ਬਚ ਗਿਆ 1 ਤਾਂ ਕੀ ਸਿਖਾਇਆ ਹੋਇਆ ਰਾਜੇ ਤੁਹਾਨੂੰ ਕਿ ਕਿਉ ਆਊ आर डी लगा दिया करो ਤੁਹਾਡੇ ਕੋਲੇ ਮਿਸ਼ਰਤ ਅੰਕ ਲਿਖਿਆ ਜਾਉ ਮਿਸ਼ਰਤ ਭਿੰਨ ਲਿਖੀ ਜਾਊਗੀ ਤਾਂ ਕਿਹਾ ਉਹ ਕਿੰਨਾ ਹੈ ਆਪਣੇ ਕੋਲੇ 12 ਆਰ ਕਿੰਨਾ ਹੈ 1 ਤੇ ਡੀ ਕਿੰਨਾ ਹੈ 2 ਤਾਂ 12 ਸਹੀ 1/2% ਫਸਟ ਦਾ ਆਨਸਰ ਹੀ ਆ ਜਾਏਗਾ ਆਪਣੇ ਕੋਲ ਠੀਕ ਹੈ ਜੀ ਸਮਝ ਆ ਗਿਆ ਤਾਂ ਦੂਸਰੇ ਕੁਐਸਚਨ ਦੀ ਰਕਮ ਦੇਖੋ ਇਹ ਹੈ ਗਿਆ 49/50 ਸੈਕਿੰਡ ਪਾਰਟ 49/50 ਤਾਂ ਇਹਨੂੰ ਆਪਾਂ ਡੈਸਰਟ ਪਰਸੈਂਟ ਦੇ ਵਿੱਚ ਬਦਲਣਾ ਹੈ ਗੁਣਾ ਕੀ ਲਿਖਾਂਗੇ 100 ਦੇਖੋ ਇੱਕ ਜ਼ੀਰੋ ਨਾਲ ਇੱਕ ਜ਼ੀਰੋ ਕੈਨਸਲ ਹੋ ਗਈ ਪੰਜ ਦੇ ਨਾਲ 10 ਕੈਨਸਲ ਹੋ ਗਿਆ ਪੰਜ ਦੇ ਪਹਾੜੇ ਤੇ ਆਉਂਦੇ ਨੇ ਦੋਨੋਂ ਤਾਂ ਉੱਪਰਲੇ ਪਾਸੇ ਰਾਜੇ ਆਪਣੇ ਕੋਲੇ ਬਚੇ ਕੀ 49 ਗੁਣਾ 2 ਵਟੇਜ ਕਿੰਨਾ ਬਚਿਆ 1 ਤਾਂ ਇਹਨੂੰ ਗੁਣਾ ਕਰ ਲੋ 49 ਦੁਨਾ ਕਿੰਨਾ ਹੁੰਦਾ 98 1 ਹੈ ਛੱਡ ਦੋ 98 ਪ੍ਰਤੀਸ਼ਤ ਆਪਣੇ ਕੋਲੇ ਪੂਰਾ ਪੂਰਾ ਆਨਸਰ ਆ ਗਿਆ ਦੇਖੋ ਜੀ ਸਮਝ ਆ ਗਿਆ ਸੀ ਕੁਐਸਚਨ ਤੁਹਾਨੂੰ 49/50 ਸੀ ਤੇ ਉਹਨੂੰ ਆਪਾਂ ਕਿਦਾਂ ਪ੍ਰਤੀਸ਼ਤ ਦੇ ਵਿੱਚ ਬਦਲੇ ਆ ਚਲੋ ਜੀ ਨੈਕਸਟ ਕੁਐਸਚਨ ਕਰਦੇ ਆ ਇਹ ਹੈਗਾ ਆਪਣੇ ਕੋਲੇ 3rd ਪਾਰਟ 5/4 3rd ਪਾਰਟ ਸੋਲਵ ਕਰ ਰਹੇ ਆ ਤਾਂ 5/4 ਨੂੰ ਜਦੋਂ ਪ੍ਰਤੀਸ਼ਤ ਵਿੱਚ ਬਦਲਣਾ ਹੈ ਗੁਣਾ ਕਿੰਨਾ ਲਿਖਣਾ ਹੈ ਜੀ 100 4 ਦਾ ਪਹਾੜਾ ਪੜੋ ਕੀ ਉਹਦੇ ਤੇ 100 ਆਉਂਦਾ ਹੈ ਹਾਂ ਜੀ 25 ਚੌਕਾ 100 ਹੁੰਦਾ ਹੈ ਚਲੋ ਆਪਾਂ ਕਟਾ ਲਿਆ ਨੈਕਸਟ ਸਟੈਪ ਬੇਟਾ ਆਪਣੇ ਕੋਲੇ ਅਨਸਰ ਦੇ ਵਿੱਚ ਕੀ ਕੀ ਬਚਿਆ 5 25 बटे ਹੈਗਾ 1 ਤਾਂ ਆਜੂਗਾ 25 5 125% बटे ਵਾਲੇ ਇੱਕ ਨੂੰ ਆਪਾਂ ਛੱਡ ਦਾਂਗੇ ਦੇਖੋ ਕਲੀਅਰ ਹੋ ਗਈ ਗੱਲ ਇਹ 5/4 ਨੂੰ ਜਦੋਂ ਪ੍ਰਤੀਸ਼ਤ ਵਿੱਚ ਬਦਲਿਆ ਤਾਂ 125% ਅਨਸਰ ਆ ਗਿਆ ਕਲੀਅਰ ਹੈ ਜੀ ਹੁਣ ਆਪਣਾ ਲਾਸਟ ਸਮ ਰਹਿ ਗਿਆ ये हैगा एक सही तीन बटे अठ देखो थोड़ी दिख रही है रकम एक सही तीन बटे अठ चलो जी हम आपका क्वेश्चन कर हैं लास्ट फोर्थ पार्ट है ये तो पहला ये मिश्रित अंकू खोलो किमें खोलते होंने जी अठ गुणा एक प्लस तीन मतलब इधरों गुणा करते होंने जो ऊपरले पासे आर लिखे रिमेंडर लिखे वह आप जोड़ते होंने 8 1 ਕਮ 8 8 ਦੇ ਵਿੱਚ 3 ਜੋੜੋਂਗੇ 11 ਤਾਂ ਇਹ ਜਿਹੜੀ ਭਿੰਨ ਐ ਕਿੰਨੀ ਬਣੂਗੀ 11/8 ਤੇ ਪ੍ਰਤੀਸ਼ਤ ਵਿੱਚ ਬਦਲਣਾ ਗੁਣਾ ਕਿੰਨਾ ਕਰਨਾ ਪਊਗਾ 100 8 ਤੇ 100 ਨੂੰ ਕਟਾ ਲਓ ਬੇਟਾ 4 ਦੇ ਭਾਣੇ ਤੇ 4 ਦੋਣੀ 8 ਤੇ 25 ਚੌਕਾਂ 100 ਹੁਣ ਆਪਾਂ ਇੱਥੇ ਤੱਕ ਪਹੁੰਚ ਚੁੱਕੇ ਹਾਂ ਅੱਗੇ ਨੂੰ ਗੁਣਾ ਕਰਨੀ ਪਊਗੀ ਦੇਖੋ 25 ਨੂੰ ਆਪਾਂ 11 ਨਾਲ ਗੁਣਾ ਕਰਨੀ ਐ ਤਰੀਕਾ ਸਿੱਖ ਲਓ ਐਵੇਂ ਲਿਖ ਲਿਆ ਕਰੋ ਜਦੋਂ 11 ਨਾਲ ਗੁਣਾ ਕਰਨੀ ਹੋਵੇ ਨਾ ਜਿਹੜੀ ਰਕਮ ਨੂੰ ਕਰਨੀ ਹੈ ਪਹਿਲਾਂ ਲਿਖ ਲਓ ਫਿਰ ਇੱਕ ਅੰਕ ਛੱਡ ਕੇ ਫਿਰ ਉਸੇ ਰਕਮ ਨੂੰ ਲਿਖ ਲਓ ਤੇ ਇਹਨਾਂ ਨੂੰ ਜੋੜ ਲਓ ਸਿੱਧੀ 11 ਨਾਲ ਗੁਣਾ ਹੋ ਜਾਂਦੀ ਹੈ 275/2% ਹੁਣ ਸੇਮ ਪ੍ਰੋਬਲਮ ਆ ਰਹੀ ਹੈ ਆਪਾਂ ਵਟਿਆਂ 'ਚ ਨਹੀਂ ਦੇਣਾ ਅਨਸਰ ਤਾਂ ਇਹਨੂੰ ਪਹਿਲਾਂ ਮਿਕਸਡ ਨੰਬਰ ਦੇ ਵਿੱਚ ਬਦਲ ਲਓ ਦੋ ਬਾਰ ਰੱਖਿਆ ਆਪਾਂ 275 ਅੰਦਰ ਰੱਖਿਆ ਭਾਗ ਕਰੋ 7 ਤਰ ਲਿਆ 1 5 ਤਾਰ ਲਿਆ 7 ਤੇ ਗਿਆ 14 1 ਬਚ ਗਿਆ ਤਾਂ ਕਯੂ ਆਰ ਡੀ ਲਿਖਾਂਗੇ ਤਾਂ ਕਯੂ ਕਿੰਨਾ ਜੀ 137 ਆਰ ਕਿੰਨਾ 1 ਡੀ ਕਿੰਨਾ 2 137 ਸਹੀ 1/2 ਤਾਂ ਇਹ ਆਪਣੇ ਕੋਲ ਆ ਗਿਆ ਜੀ ਕਿਹੜੇ ਕੁਐਸਚਨ ਨੂੰ ਚੇਂਜ ਕੀਤਾ ਸੀ ਆਪਾਂ 1 ਸਹੀ 3/8 ਨੂੰ ਜਦੋਂ ਬਦਲਿਆ ਆਪਣੇ ਕੋਲ ਆਨਸਰ ਆ ਗਿਆ 137 ਸਹੀ 1/2 ਤਾਂ ਦੇਖੋ ਪਹਿਲੇ ਕੁਐਸਚਨ ਦੇ ਚਾਰੋਂ ਭਾਗ ਤੁਹਾਨੂੰ ਸਮਝ ਆ ਗਏ ਚਲੋ ਠੀਕ ਹੈ ਜੀ ਓਕੇ ਤੁਹਾਨੂੰ ਸਮਝ ਆ ਚੁੱਕਿਆ ਹੁਣ ਆਪਾਂ ਸੈਕਿੰਡ ਸਮ ਕਰਦੇ ਆਂ ਸੈਕਿੰਡ ਸਮ ਦੇ ਵਿੱਚ ਹੈਗਾ ਬੇਟੇ ਕਨਵਰਟ ਦਾ ਫੋਲੋਇੰਗ ਪਰਸੈਂਟ ਇਨਟੂ ਫ੍ਰੈਕਸ਼ਨ ਇਨ ਸਿਮਪਲੈਸਟ ਫਾਰਮ ਪੰਜਾਬੀ ਚ ਬੋਲੀਏ ਤਾਂ ਕਹਿੰਦੇ ਤੁਹਾਨੂੰ ਪ੍ਰਤੀਸ਼ਤ ਦਿੱਤੇ ਹੋਏ ਨੇ ਉਹਨਾਂ ਨੂੰ ਪਹਿਲਾਂ ਤੁਸੀਂ ਕਿਦੇ ਵਿੱਚ ਬਦਲੋ ਕਹਿੰਦੇ ਭਿੰਨ ਵਿੱਚ ਬਦਲੋ ਫਿਰ ਉਹਦਾ ਸਰਲ ਰੂਪ ਵਿੱਚ ਲਿਖੋ ਜੇ ਉਹ ਕੱਟਦੇ ਨੇ ਤਾਂ ਉਹਨੂੰ ਕਟਾਓ ਵੀ ਸਿਮਪਲੈਸਟ ਫਾਰਮ ਵੀ ਕਰੋ ਉਹਨਾਂ ਦੀ ਠੀਕ ਹੈ ਤਾਂ ਫਸਟ ਕੁਐਸਚਨ ਦੇਖੋ ਸੈਕਿੰਡ ਦਾ ਫਰਸਟ ਪਾਰਟ ਇਹ ਹੈਗਾ 25% ਹੁਣ ਜਦੋਂ ਬੇਟਾ ਆਪਾਂ ਪਰਸੈਂਟ ਦਾ ਸਾਈਨ ਲਗਾਉਣਾ ਸੀ ਮਤਲਬ ਪਰਸੈਂਟ ਦੇ ਵਿੱਚ ਚੇਂਜ ਕਰਨਾ ਸੀ ਤਾਂ ਕੀ ਕਰਿਆ ਗੁਣਾ 100 ਹੁਣ ਇੱਥੋਂ ਪਰਸੈਂਟ ਦਾ ਸਾਈਨ ਆਪਾਂ ਹਟਾਉਣਾ ਚਾਹੁੰਦੇ ਆ ਇਹਨੂੰ ਭਿੰਨ ਦੇ ਵਿੱਚ ਲਿਖਣਾ ਚਾਹੁੰਦੇ ਆ ਤਾਂ ਇਹਦਾ ਮਤਲਬ ਹੈ 25 ਕਿੰਨਿਆਂ ਦੇ ਵਿੱਚੋਂ ਮੁੱਲ ਹੈ 100 ਦੇ ਵਿੱਚੋਂ ਮੁੱਲ ਕਿਉਂਕਿ ਬਿਲਕੁਲ ਸਟਾਰਟਿੰਗ ਦੇ ਵਿੱਚ ਵੀਡੀਓ ਦੇ ਆਪਾਂ ਪਰਸੈਂਟ ਦੀ ਡੈਫੀਨੇਸ਼ਨ ਕੀਤੀ ਸੀ ਕਿ ਜਦੋਂ ਭਿੰਨ ਦਾ ਹਰ ਜਿਹੜਾ 100 ਹੁੰਦਾ ਹੈ ਉਹਨੂੰ ਆਪਾਂ 100% ਕਹਿੰਦੇ ਹੁੰਦੇ ਆ। ਕਲੀਅਰ ਹੋ ਗਿਆ ਹੁਣ ਇਹਨੇ ਕਿਹਾ ਸੀ ਸਿੰਪਲੈਸਟ ਫਾਰਮ ਵੀ ਲਿਖਣੀ ਹੈ। ਤਾਂ 25 ਦੇ ਪਹਾੜੇ ਤੇ 100 ਆਉਂਦਾ ਹੈ ਨਾ ਆਪਾਂ ਕਟਾ ਲਾਂਗੇ। 25 1 25, 25 4 100। ਤਾਂ ਪਹਿਲੇ ਦਾ ਆਨਸਰ ਆਪਣੇ ਕੋਲ ਆ ਗਿਆ 1/4। ਠੀਕ ਹੁਣ ਦੂਜਾ ਕੁਐਸਚਨ। ਦੂਜਾ ਕੁਐਸਚਨ ਹੈ ਆਪਣੇ ਕੋਲੇ 150%। ਇਹਦਾ ਦੂਜਾ ਪਾਰਟ ਹੈ 150%। ਚਲੋ ਕਰਦੇ ਆ ਸੋਲਵ ਇਹਨੂੰ 150/100 ਇਹਦਾ ਮਤਲਬ ਹੈ 100 ਦੇ ਵਿੱਚੋਂ ਮੂਲ ਸੀਗਾ ਇਹ ਇਹ ਜੀ ਹਰ ਸੀ ਜਿਹਦਾ ਇਹ ਇਹ ਜੀ ਭਿੰਨ ਸੀ ਜਿਹਦਾ ਹਰ 100 ਸੀਗਾ ਪਿਛਲੀ ਜ਼ੀਰੋ ਨਾਲ ਜ਼ੀਰੋ ਕੈਨਸਲ ਹੋ ਗਈ 15 ਤੇ 10 ਬਚੇ 15 ਤੇ 10 ਕਿਹੜੇ ਪਹਾੜ ਤੇ ਜਾਂਦੇ ਨੇ 5 ਤੇ 5 ਦੋਨੇ 10 5 ਤੀਏ 15 ਤਾਂ ਫਾਈਨਲ ਆਪਣੇ ਕੋਲੇ ਆਨਸਰ ਕੀ ਬਚਿਆ ਸਰਲ ਰੂਪ ਕੀ ਬਚਿਆ ਉੱਪਰਲੇ ਪਾਸੇ 3 ਵਟੇ ਦੇ ਵਿੱਚ 2 ਤਾਂ ਆਨਸਰ ਕਿੰਨਾ ਆ ਗਿਆ 3/2 ਤਾਂ ਦੇਖੋ ਇਹ ਕੁਐਸਚਨ ਸਮਝ ਆਏ ਤੁਹਾਨੂੰ ਪਹਿਲਾ ਸੀਗਾ 25% ਆਪਾਂ ਨੇ ਉਹਨੂੰ बटे 100 ਕਰਕੇ ਭਿੰਨ ਲਿਖੀ ਉਹ ਭਿੰਨ ਆਪਣੇ ਸਰਲ ਰੂਪ ਵਿੱਚ ਨਹੀਂ ਸੀਗੀ ਸਿੰਪਲੈਸਟ ਫਾਰਮ ਦੇ ਵਿੱਚ ਨਹੀਂ ਸੀ ਤਾਂ ਆਪਾਂ ਉਹਨੂੰ ਪਹਿਲਾਂ ਕਟਾ ਲਿਆ 25 ਦੇ ਪਹਾੜੇ ਤੇ ਤੇ ਆਪਣੇ ਕੋਲ ਆਨਸਰ ਆ ਗਿਆ 1/4 ਦੂਜਾ ਕੁਐਸਚਨ ਸੀ 150% ਉਦੇ बटे ਆਪਾਂ 100 ਲਿਖਿਆ ਕਟਾਇਆ ਤੇ ਸਰਲ ਰੂਪ ਆ ਗਿਆ 3/2 ਹੁਣ ਸਿਰਫ ਇੱਕ ਆਪਣਾ 3rd ਪਾਰਟ ਇਹਦੇ ਵਿੱਚ ਬਚ ਗਿਆ ਕੀ ਰਕਮ ਦਿਖ ਰਹੀ ਹੈ ਜੀ ਉਹ ਦਿਖ ਰਹੀ ਹੈ 7 ਸਹੀ 1/2 ਚਲੋ ਹੁਣ ਆਪਾਂ ਇਹਨੂੰ ਵੀ ਸੋਲਵ ਕਰ ਲੈਨੇ ਆ 7 ਸਹੀ 1/2 ਪ੍ਰਤੀਸ਼ਤ ਤਾਂ ਪਹਿਲਾਂ ਤਾਂ ਇਹ ਸੰਘਾ ਚ ਹੈ ਮਿਸ਼ਰਤ ਹੈ ਮਿਕਸਡ ਹੈ ਖੋਲੋ ਇਹਨੂੰ 7*2=14 14 ਦੇ ਵਿੱਚ 1 ਜੋੜੋਂਗੇ 15 ਤੇ ਆਜੂਗਾ 15/2% ਤਾਂ ਜਦੋਂ ਪ੍ਰਤੀਸ਼ਤ ਹਟਾਉਣਾ ਹੈ ਬੇਟਾ ਤਾਂ ਉਹਦਾ ਮਤਲਬ ਕੀ ਹੈ 100 15/2 ਨੂੰ ਬੇਟਾ ਆਪਾਂ ਪ੍ਰਤੀਸ਼ਤ ਹਟਾਣਾ ਹੈ 15/2 ਤਾਂ ਹੈਗਾ ਹੀ ਹੈ ਪ੍ਰਤੀਸ਼ਤ ਦਾ ਕਿੰਨਾ ਲੱਗੂਗਾ ਜੀ 100 बटे ਦੇ ਵਿੱਚ 100 ਹੁਣ ਜਿੰਨਾ ਕੱਟ ਸਕਦਾ ਹੈ राजे ਇਹਨੂੰ ਕਟਾ ਲਓ 15 ਤੇ 100 5 ਦੇ ਪਹਾੜੇ ਤੇ ਕੱਟ ਰਹੇ ਨੇ 5*3=15 ਤੇ 20 5ਾਂ 100 ਦੇਖੋ ਕੀ ਕੀ ਬਚ ਗਿਆ ਆਪਣੇ ਕੋਲੇ ਉੱਪਰਲੇ ਪਾਸੇ ਸਿਰਫ 3 ਹੈ ਤੇ ਹੇਠਲੇ ਪਾਸੇ ਆਪਣੇ ਕੋਲ ਹੈ 2 b ਤਾਂ 3 4 ਤਾਂ ਇਹ ਆਪਾਂ ਨੇ ਭਿੰਨ ਬਣਾ ਲਈ ਸਰਲ ਰੂਪ ਬਣਾ ਲਿਆ ਠੀਕ ਹੈ ਜੀ ਸਮਝ ਆ ਗਿਆ ਹੈ ਸਾਰਿਆਂ ਨੂੰ ਤਾਂ ਹੁਣ ਦੇਖੋ 3 ਕਵੈਸਚਨ ਇਹ ਉਹ ਕਵੈਸਚਨਸ ਆ ਗਏ ਬੇਟੇ ਜਿਹਦੇ ਚ ਆਪਾਂ ਨੂੰ ਪਤਾ ਲੱਗਦਾ ਵੀ ਪਰਸੈਂਟ ਯੂਜ਼ ਕਿੱਥੇ-ਕਿੱਥੇ ਹੁੰਦਾ ਠੀਕ ਹੈ ਆਪਾਂ ਕਿਦਾਂ ਪਰਸੈਂਟ ਨੂੰ ਯੂਜ਼ ਇਸਤੇਮਾਲ ਕਰਨਾ ਵਰਤੋਂ ਚ ਲੈ ਕੇ ਆਉਣਾ ਆਪਣੀ ਆਮ ਜ਼ਿੰਦਗੀ ਦੇ ਵਿੱਚ ਠੀਕ ਹੈ ਤਾਂ ਦੇਖੋ ਫਸਟ ਕਵੈਸਚਨ ਇਹਦਾ 3 ਦਾ ਫਸਟ ਪਾਰਟ ਇਹ ਤੁਹਾਡੇ ਨਾਲ ਵੀ ਰਿਲੇਟਡ ਹੈ ਦੇਖੋ ਇਹਨੇ ਕਿਹਾ ਅਨੀਤਾ ਸਕੋਰਡ 324 ਮਾਰਕਸ ਆਊਟ ਆਫ 400 ਮਾਰਕਸ ਅਨੀਤਾ ਕਿੰਨੇ ਸਕੋਰ ਕਰਦੀ ਹੈ ਜੀ 400 ਚੋਂ 324 ਨੰਬਰ ਆਉਂਦੇ ਨੇ ਠੀਕ ਹੈ ਫਾਈਂਡ ਦਾ ਪਰਸੈਂਟੇਜ ਆਫ ਮਾਰਕਸ ਸਕਿਊਰਡ ਬਾਈ ਅਨੀਤਾ ਤਾਂ ਕਹਿੰਦੇ ਜਿੰਨੇ ਅਨੀਤਾ ਨੇ ਨੰਬਰ ਲਿੱਤੇ ਨੇ ਉਹਦਾ ਪਰਸੈਂਟੇਜ ਕੱਢੋ ਤਾਂ ਪਹਿਲਾਂ ਮੈਂ ਇਹਨੂੰ ਦੇਖੋ ਲਿਖਦੀ ਆ ਇੱਕ ਮਿੰਟ ਬੇਟਾ ਅਨੀਤਾ ਸਕਿਊਰਡ ਕਿੰਨੇ ਮਾਰਕਸ ਲਿੱਤੇ ਨੇ ਉਹਨੇ 324 ਟੋਟਲ ਮਾਰਕਸ ਕਿੰਨੇ ਨੇ 400 ਪੰਜਾਬੀ ਵਾਲੇ ਇੱਥੇ ਕੀ ਲਿਖੋਗੇ ਅਨੀਤਾ ਨੇ ਪ੍ਰਾਪਤ ਕੀਤੇ ਪਹਿਲੀ ਲਾਈਨ 'ਚ ਲਿਖੋਗੇ ਅਨੀਤਾ ਨੇ ਅੰਕ ਪ੍ਰਾਪਤ ਕੀਤੇ 324 ਤੇ ਕੁੱਲ ਅੰਕ ਕਿੰਨੇ ਨੇ 400 ਤਾਂ ਆਪਾਂ ਹੁਣ ਇਹਨਾ ਅੰਕਾਂ ਦੀ ਕੱਢਣੀ ਹੈ ਪ੍ਰਤੀਸ਼ਤ ਤਾਂ ਪ੍ਰਤੀਸ਼ਤ ਅੰਕ ਲਿਖ ਕੇ ਪਰਸੈਂਟੇਜ ਮਾਰਕਸ ਲਿਖ ਕੇ ਆਪਾਂ ਕੀ ਕਰਨਾ ਹੈ ਦੇਖੋ 324 ਨੰਬਰ ਲਿੱਤੇ ਨੇ 400 ਚੋਂ ਤਾਂ ਮੈਡਮ ਐਵੇਂ ਨੰਬਰ ਦਿੰਦੇ ਹੁੰਦੇ ਹਨਾ ਮੈਡਮ ਜਾਂ ਸਰ ਵੀ ਤੁਹਾਡੇ ਚਾਂਸ ਹੋ ਜਾ 324 ਨੰਬਰ ਨੇ ਜਦੋਂ ਪ੍ਰਤੀਸ਼ਤ ਚ ਬਦਲਣਾ ਹੈ ਤਾਂ ਗੁਣਾ ਕੀ ਕਰਨਾ ਹੈ 100 ਦੋ ਜ਼ੀਰੋਆਂ ਦੇ ਨਾਲ ਦੋ ਜ਼ੀਰੋਆਂ ਕੈਨਸਲ ਹੋ ਗਈਆਂ 4 ਤੇ 324 ਇਹ 4 ਦੇ ਪਹਾੜੇ ਤੇ ਕੱਟੇ ਜਾਣਗੇ 4 1 4 8 2 32 ਤੇ 4 1 4 ਕਿੰਨਾ ਆ ਗਿਆ ਜੀ 81 ਤਾਂ 81% ਨੰਬਰ ਲਿੱਤੇ ਨੇ ਅਨੀਤਾ ਨੇ ਦੇਖੋ ਕੁਸ਼ਣ ਸਮਝ ਆਇਆ ਸਾਰਿਆਂ ਨੂੰ ਪਹਿਲਾਂ ਆਪਾਂ ਜੋ 기ਵਨ ਸੀ ਉਹ ਲਿਖ ਲਿਆ ਵੀ ਅਨੀਤਾ ਦੇ ਨੰਬਰ ਇੰਨੇ ਆਏ ਨੇ ਕਿੰਨੇ ਵਿੱਚੋਂ ਆਏ ਨੇ ਜਦੋਂ ਉਹਨਾਂ ਦਾ ਰਜੇ ਆਪਾਂ ਨੇ ਪਰਸੈਂਟੇਜ ਬਣਾਣੀ ਹੈ ਤਾਂ ਉਹਨੂੰ ਲਿਖਾਂਗੇ ਜਿੰਨੇ ਚੋਂ ਨੰਬਰ ਆਏ ਨੇ ਗੁਣਾ 100 ਜਿੰਨਾ ਕੱਟਦਾ ਹੈ ਕਟਾ ਲਾਂਗੇ ਜੋ ਆਨਸਰ ਬਚੂਗਾ ਉਹ ਆਪਣੇ ਕੋਲੇ ਐਗਜੈਕਟ ਉਹਦੀ ਪਰਸੈਂਟੇਜ ਹੋਊਗੀ ਕਲੀਅਰ ਹੋ ਗਿਆ ਬੇਟਾ ਇਹ ਸਵਾਲ ਆਪਾਂ ਹੁਣ ਸੈਕਿੰਡ ਅਗਲੇ ਸੰਤੇ ਚੱਲਦੇ ਆ ਇਹਦੇ ਸੈਕਿੰਡ ਪਾਰਟ ਤੇ ਠੀਕ ਹੈ ਜੀ ਚਲੋ ਆਪਾਂ ਸੈਕਿੰਡ ਕੁਐਸਚਨ ਦੀ ਰਕਮ ਪੜਦੇ ਆ ਪਹਿਲਾਂ ਮੈਂ 1 ਮਿੰਟ ਆਪਣੀ ਸਕਰੀਨ ਨੂੰ ਇਹਨੂੰ ਸਾਫ਼ ਕਰ ਲਾਂ ਤਾਂ ਕਿ ਨੈਕਸਟ ਕੁਐਸਚਨ ਕਲੀਅਰ ਦਿਖ ਸਕੇ ਹਾਂਜੀ ਅਗਲਾ ਕੁਐਸਚਨ ਕੀ ਹੈ ਆਊਟ ਆਫ 32 ਸਟੂਡੈਂਟਸ ਕਹਿੰਦੇ 32 ਸਟੂਡੈਂਟ ਨੇ ਏਟ ਆਰ ਐਬਸੈਂਟ ਫਰੋਮ ਦਾ ਕਲਾਸ ਅੱਠ ਉਹਦੇ ਵਿੱਚੋਂ ਐਬਸੈਂਟ ਹੋ ਗਏ ਗੈਰ ਹਾਜ਼ਰ ਹੋ ਗਏ ਆਏ ਨਹੀਂ ਗਏ ਠੀਕ ਹੈ ਵਟ ਇਜ਼ ਦਾ ਪਰਸੈਂਟੇਜ ਆਫ ਸਟੂਡੈਂਟਸ ਹੂ ਆਰ ਐਬਸੈਂਟ ਤਾਂ ਕਹਿੰਦੇ ਫਿਰ ਜਿਹੜੇ ਬੱਚੇ ਗੈਰ ਹਾਜ਼ਰ ਨੇ ਉਹਨਾਂ ਦੀ ਪ੍ਰਤੀਸ਼ਤ ਕਿੰਨੀ ਹੈ ਚਲੋ ਇਹ ਵੀ ਸੌਖਾ ਸਮ ਮੈਂ ਕਰੀਏ ਜੀ ਆਪਾਂ ਲਿਖਣਾ ਸ਼ੁਰੂ ਕਰੀਏ ਚਲੋ ਮੇਰੇ ਨਾਲ ਨਾਲ ਕਾਪੀ ਪੈਨ ਚੱਕ ਕੇ ਲਿਖਣਾ ਸ਼ੁਰੂ ਕਰੋ ਟੋਟਲ ਸਟੂਡੈਂਟਸ ਕੁੱਲ ਵਿਦਿਆਰਥੀ ਕਿੰਨੇ ਨੇ ਜੀ 32 ਪੰਜਾਬੀ ਵਾਲੇ ਨਾਲ ਦੀ ਨਾਲ ਲਿਖੀ ਚਲੋ ਮੈਂ ਬੋਲ ਰਹੀ ਆ ਪੰਜਾਬੀ ਤਾਂ ਐਬਸੈਂਟ ਕਿੰਨੇ ਨੇ ਗੈਰ ਹਾਜ਼ਰ ਵਿਦਿਆਰਥੀ ਕਿੰਨੇ ਨੇ 8 ਪਰਸੈਂਟੇਜ ਆਫ ਐਬਸੈਂਟ ਸਟੂਡੈਂਟਸ ਇੱਥੇ ਸਟੂਡੈਂਟਸ ਵੀ ਲਿਖ ਲਿਓ ਤਾਂ ਜਿਹੜੇ ਗੈਰ ਹਾਜ਼ਰ ਵਿਦਿਆਰਥੀ ਨੇ ਉਹਨਾਂ ਦਾ ਪ੍ਰਤੀਸ਼ਤ ਕਿੰਨਾ ਹੈ ਦੇਖੋ 8/32 ਹੈ ਗੁਣਾ ਕਿੰਨਾ 100 ਕਿਉਂਕਿ ਆਪਾਂ ਆਪਾਂ ਪ੍ਰਤੀਸ਼ਤ ਚ ਬਦਲਣਾ ਹੁਣ ਦੇਖੋ 8 ਦੇ ਪਹਾੜੇ ਤੇ 32 ਕੱਟਦਾ 8 ਚੋਕਾ 32 4 ਦੇ ਪਹਾੜੇ ਤੇ 100 ਆਉਂਦਾ ਕਿੰਨੇ ਤੇ 25 ਤੇ ਤਾਂ ਆਪਣੇ ਕੋਲ ਉੱਪਰਲੇ ਪਾਸੇ ਕੀ ਬਚਿਆ 25 ਤੇ 1 ਇਹਨਾਂ ਨੂੰ ਆਪਸ ਚ ਗੁਣਾ ਕਰਾਂਗੇ ਕਿੰਨਾ ਆਜੂਗਾ 25% ਤਾਂ ਬੇਟਾ ਦੇਖੋ ਪਹਿਲਾਂ ਆਪਾਂ ਨੂੰ ਟੋਟਲ ਸਟੂਡੈਂਟ ਪਤਾ ਸੀ ਫਿਰ ਆਪਾਂ ਨੂੰ ਕਿੰਨੇ ਉਸ ਦਿਨ ਗੈਰ ਹਾਜ਼ਰ ਨੇ ਉਹ ਪਤਾ ਸੀ ਦੋਨਾਂ ਦੀ ਆਪਾਂ ਨੇ ਭਿੰਨ ਬਣਾਈ ਕਿ ਹਾਂਜੀ ਬੱਤੀਆਂ ਚੋਂ 8 ਐਬਸੈਂਟ ਨੇ ਜਦੋਂ ਪ੍ਰਤੀਸ਼ਤ ਕੱਢਣੀ ਹੈ ਤਾਂ ਗੁਣਾ 100 ਪਾ ਲਿਆ ਸਰਲ ਰੂਪ ਵਿੱਚ ਲੈ ਆਏ ਇਹਨੂੰ ਕਟਾ ਲਿਆ ਤਾਂ ਆਪਣੇ ਕੋਲ ਆਨਸਰ ਆ ਗਿਆ ਜੀ 25% ਬੱਚੇ ਉਸ ਖਾਸ ਦਿਨ ਐਬਸੈਂਟ ਸੀਗੇ ਠੀਕ ਹੈ ਜੀ ਕਲੀਅਰ ਹੈ ਥਰਡ ਪਾਰਟ ਕਰੀਏ ਦਾ ਜੇ ਤੁਹਾਨੂੰ ਲੱਗਦਾ ਹੈ ਥੋੜਾ ਛੇਤੀ ਕੰਮ ਹੋ ਰਿਹਾ ਹੈ ਤੁਸੀਂ ਵੀਡੀਓ ਨੂੰ ਪੌਜ਼ ਕਰ ਲਿਆ ਕਰੋ ਦੁਬਾਰਾ ਸਾਮ ਨੂੰ ਦੇਖ ਲਿਆ ਕਰੋ ਠੀਕ ਹੈ ਜੇ ਲੱਗ ਰਿਹਾ ਵੀ ਥੋੜਾ ਸਲੋ ਹੋ ਰਿਹਾ ਹੈ ਤਾਂ ਵੀਡੀਓ ਦੀ ਸਪੀਡ ਨੂੰ ਥੋੜਾ ਵਧਾ ਕੇ ਫਿਰ ਦੇਖ ਲਿਆ ਕਰੋ ਠੀਕ ਹੈ ਜੀ ਚਲੋ ਇਹਦਾ ਥਰਡ ਪਾਰਟ ਕਰਦੇ ਆ देयर ਆਰ 120 ਵੋਟਰਸ ਕਹਿੰਦੇ 120 ਵੋਟਰ ਨੇ ਮਤਲਬ ਜਿਨ੍ਹਾਂ ਨੇ ਵੋਟ ਪਾਈ ਹੈ 90 ਆਊਟ ਆਫ 뎀 ਵੋਟਡ ਵੋਟ ਪਾਈ ਹੈ ਨਹੀਂ 120 ਵੋਟਰਸ ਨੇ ਜਿਹੜੇ ਵੋਟ ਪਾ ਸਕਦੇ ਨੇ ਠੀਕ ਹੈ ਤੇ ਉਹਨਾਂ ਚੋਂ 90 ਨੇ ਵੋਟ ਪਾਈ ਹੈ ਵਟ ਪਰਸੈਂਟ ਡਿਡ ਨਾਟ ਵੋਟ तो कहें कि प्रतिशत ने वोट पाई नहीं वोट का इस्तेमाल किया ही नहीं तो लिखो जी इनू फिर टोटल वोटर्स ने, कुल वोटर किन्ने ने अपने को ले? एक सौ भी जिन्होंने वोट पाई जिन्होंने वोट पाई कि नब्बे इंग्लिश की लिखोंगे नंबर ऑफ दैम वोटिड ठीक है ਤਾਂ ਜਿਨ੍ਹਾਂ ਨੇ ਵੋਟ ਨਹੀਂ ਪਾਈ ਵੋਟ ਨਹੀਂ ਪਾਈਦਾ ਕਿਵੇਂ ਪਤਾ ਲੱਗੂਗਾ ਇਹਨਾਂ ਨੂੰ ਮਾਈਨਸ ਕਰਕੇ ਤਾਂ ਕਿੰਨੇ ਜਣਿਆਂ ਨੇ ਵੋਟ ਨਹੀਂ ਪਾਈ 30 ਜਣਿਆਂ ਨੇ ਵੋਟ ਨਹੀਂ ਪਾਈ ਤਾਂ ਆਪਾਂ ਕਿਹਦੀ ਪਰਸੈਂਟ ਕੱਢਣੀ ਸੀ ਜਿਨ੍ਹਾਂ ਨੇ ਵੋਟ ਨਹੀਂ ਪਾਈ ਤਾਂ ਪਰਸੈਂਟੇਜ ਆਫ ਪੀਪਲ ਜਾਂ ਵੋਟਰ ਹੂ ਡਿਡ ਨਾਟ ਵੋਟ ਤਾਂ ਜਿਨ੍ਹਾਂ ਨੇ ਵੋਟ ਨਹੀਂ ਪਾਈ ਉਹਨਾਂ ਦਾ ਪ੍ਰਤੀਸ਼ਤ ਬਰਾਬਰ ਹੈ ਕਿੰਨਿਆਂ ਨੇ ਵੋਟ ਨਹੀਂ ਪਾਈ ਸੀ 30 ਜਣਿਆਂ ਨੇ ਕਿੰਨਿਆਂ ਵਿੱਚੋਂ 120 ਦੇ ਵਿੱਚੋਂ ਪ੍ਰਤੀਸ਼ਤ ਕੱਢਣਾ ਤਾਂ ਗੁਣਾ ਕਿੰਨਾ ਕਰਨਾ ਪਊਗਾ 100 1 ਜ਼ੀਰੋ ਨਾਲ 1 ਜ਼ੀਰੋ ਕੱਟੀ ਗਈ 10 ਤੇ 12 ਨੂੰ ਕੱਟ ਲਓ 2 ਦੇ ਪਹਾੜੇ ਤੇ 2 5 10 2 6 12 6 ਦੇ ਪਹਾੜੇ ਤੇ 30 ਕੱਟ ਲਓ 6 5 30 ਤੇ ਆਪਣੇ ਕੋਲ ਉੱਪਰ ਉੱਪਰ ਦੋ ਰਕਮਾਂ ਬਚ ਗਈਆਂ 5 ਤੇ 5 ਦੋਨਾਂ ਨੂੰ ਗੁਣਾ ਕਰੋਗੇ ਕਿੰਨਾ ਆਜੂਗਾ 25% ਤਾਂ ਕਿੰਨੇ ਪਰਸੈਂਟ ਲੋਕਾਂ ਨੇ ਵੋਟ ਨਹੀਂ ਪਾਈ 25% ਲੋਕਾਂ ਨੇ ਵੋਟ ਦਾ ਇਸਤੇਮਾਲ ਨਹੀਂ ਕੀਤਾ ਦੇਖੋ ਬੇਟਾ ਤਿੰਨੋਂ ਸਭ ਤੁਹਾਨੂੰ ਇਹ ਕਲੀਅਰ ਹੋ ਗਏ ਤੇ ਨਾਲੇ ਪਤਾ ਲੱਗ ਗਿਆ ਹੋਊਗਾ ਵੀ ਆਪਾਂ ਕਿੱਥੇ ਕਿੱਥੇ ਪ੍ਰਤੀਸ਼ਤ ਦਾ ਇਸਤੇਮਾਲ ਕਰਦੇ ਆ ਠੀਕ ਹੈ ਜੀ ਚਲੋ ਆਪਾਂ ਅਗਲੇ ਕੁਐਸਚਨ ਤੇ ਚੱਲਦੇ ਤਾਂ ਦੇਖੋ ਬੇਟਾ ਫੋਰਥ ਕੁਐਸਚਨ ਹੈ ਐਸਟੀਮੇਟ ਦਾ ਪਾਰਟ ਆਫ ਫਿਗਰ ਵਿਚ ਇਜ਼ ਸ਼ੈਡੇਡ ਪਹਿਲਾਂ ਤਾਂ ਕਹਿੰਦੇ ਇਸ ਫਿਗਰ ਦੇ ਵਿੱਚ ਜੋ 파ਟ ਛੇਡ ਕੀਤਾ ਹੋਇਆ ਹੈ, ਛਾਇਆ ਅੰਕਿਤ ਕੀਤਾ ਹੈ, ਕਲਰ ਕੀਤਾ ਹੋਇਆ ਹੈ। ਪਹਿਲਾਂ ਤਾਂ ਕਹਿੰਦੇ ਉਹਨੂੰ ਦੇਖੋ ਕਿੰਨਾ ਹੈ ਉਹ। ਫਿਰ ਫਾਈਂਡ ਦਾ ਪਰਸੈਂਟੇਜ ਆਫ ਦਾ 파ਟ। ਫਿਰ ਕਹਿੰਦੇ ਜਿੰਨਾ ਭਾਗ ਕਲਰ ਕੀਤਾ ਹੋਇਆ ਹੈ ਉਹਨੂੰ ਪ੍ਰਤੀਸ਼ਤ ਵਿੱਚ ਵੀ ਬਦਲੋ। ਤਾਂ ਦੇਖੋ ਬੇਟਾ ਪਹਿਲੇ ਸੰਮ ਦੇ ਵਿੱਚ ਕੁੱਲ ਕਿੰਨੇ ਭਾਗ ਨੇ 4। ਉਹਨਾਂ ਦੇ ਵਿੱਚੋਂ ਕਿੰਨੇ ਕਲਰ ਨੇ 2। ਤਾਂ ਇਹਦੀ ਭਿੰਨ ਕੀ ਹੋਊਗੀ 2/4। ਜਦੋਂ ਆਪਾਂ ਇਹਨੂੰ ਪ੍ਰਤੀਸ਼ਤ ਵਿੱਚ ਬਦਲਣਾ ਹੈ ਤਾਂ ਗੁਣਾ ਕਿੰਨਾ ਕਰਨਾ ਪਊਗਾ 100 ਦੇਖ ਪਹਿਲਾਂ ਇਹਨਾਂ ਇਹਨਾਂ ਦੇਖ ਲਓ ਵੀ ਤੁਹਾਨੂੰ ਇਹਨਾਂ ਕਲੀਅਰ ਹੋ ਗਿਆ ਤੁਸੀਂ ਕਹੋਗੇ ਹਾਂਜੀ ਠੀਕ ਹੈ ਚਲੋ ਆਪਾਂ ਹੁਣ ਚੱਲਦੇ ਆ ਮੈਨੂੰ ਕਿਵੇਂ ਪਤਾ ਲੱਗਿਆ ਤੁਸੀਂ ਹਾਂਜੀ ਕਿਹਾ ਕਿਉਂਕਿ ਬੇਟਾ ਤੁਹਾਨੂੰ ਸਮਝ ਆ ਚੁੱਕਿਆ ਤੁਸੀਂ ਬਹੁਤ ਇੰਟੈਲੀਜੈਂਟ ਹੋ ਠੀਕ ਹੈ ਜੀ ਤਾਂ ਇਹਨੂੰ ਕਟਾਓ ਬੇਟੇ 2 ਦੇ ਪਹਾੜੇ ਤੇ 4 ਕੱਟ ਗਿਆ ਫਿਰ 2 ਦੇ ਪਹਾੜੇ ਤੇ ਇਧਰੋਂ 100 ਕੱਟ ਗਿਆ ਉੱਪਰ ਉੱਪਰ ਆਪਣੇ ਕੋਲ ਕਿੰਨੇ ਬਚੇ 1 50 ਇਟ ਮੀਨਸ ਇਹਦਾ ਆਨਸਰ ਫਾਈਨਲੀ ਕੀ ਆਇਆ ਆਪਣੇ ਕੋਲੇ 50% ਅੱਧਾ ਹਿੱਸਾ ਅੱਧਾ ਇਸੇ ਹੀ ਕਵਰ ਹੈ ਫਿਰ ਚਲੋ ਸੈਕਿੰਡ ਸਮ ਕਰਦੇ ਆ ਇਹਦੇ ਵਿੱਚ ਟੋਟਲ ਕਿੰਨੂ 1 2 3 4 5 6 ਟੋਟਲ ਹੈਗੇ ਨੇ ਜੀ 6 ਪਾਰਟਸ ਉਹਦੇ ਵਿੱਚੋਂ ਕਿੰਨੇ ਸ਼ੇਡ ਕੀਤੇ ਹੋਏ ਨੇ ਸਿਰਫ ਦੋ ਗੁਣਾ ਕਿੰਨਾ ਲਿਖਾਂਗੇ 100 ਕਿਉਂਕਿ ਆਪਾਂ ਪ੍ਰਤੀਸ਼ਤ ਵਿੱਚ ਬਦਲਣਾ ਹੈ ਤਾਂ ਦੋ ਦੇ ਪਹਾੜੇ ਤੇ ਦੇਖੋ 6 ਆਉਂਦਾ ਹੈ 3 ਤੇ 33 ਦੇ ਭਾਟੇ 100 ਤਾਂ ਨਹੀਂ ਆਉਂਦਾ ਨਹੀਂ ਜੀ ਤੁਸੀਂ ਕਹੋਗੇ 100 ਏਕਮ 100 3 ਬਚ ਗਿਆ ਐਨੇ ਪ੍ਰਤੀਸ਼ਤ ਬਚ ਗਿਆ ਪਰ ਮੈਂ ਸਟਾਰਟਿੰਗ ਦੇ ਵਿੱਚ ਕੀ ਦੱਸਿਆ ਸੀ ਕਿ ਆਪਾਂ ਐਦਾਂ ਭਟਿਆਂ ਦੇ ਵਿੱਚ ਨਹੀਂ ਛੱਡਣਾ ਪ੍ਰਤੀਸ਼ਤ ਨੂੰ ਜਾਂ ਤਾਂ ਮਿਕਸਡ ਬਣਾਓ ਜਾਂ ਫਿਰ ਉਹਨੂੰ ਪੁਆਇੰਟਾਂ 'ਚ ਬਦਲੋ 33 9 10 ਫੇਰ 33 9 ਬਚ ਗਿਆ ਆਪਣੇ ਕੋਲੇ ਇੱਕ ਜੇਨ ਆਪਾਂ ਮਿਕਸਡ ਵਿੱਚ ਲਿਖਾਂਗੇ 33 ਸਹੀ 1 3 ਪ੍ਰਤੀਸ਼ਤ ਠੀਕ ਹੈ ਜੀ ਦੇਖੋ ਸਮਝ ਆ ਗਿਆ ਇਹ ਲਾਸਟ ਪਾਰਟ ਰਹਿ ਗਿਆ ਆਪਣਾ ਟੋਟਲ ਪਾਰਟਸ ਗਿਨੋ ਕਿੰਨੇ ਨੇ 1 2 3 4 5 6 7 8 ਕੁੱਲ ਭਾਗ ਨੇ ਆਪਣੇ ਕੋਲੇ 8 ਕਲਰ ਕਿੰਨੇ ਦਿੱਤੇ ਹੋਏ ਨੇ 1 2 3 4 ਤੇ 5 ਗੁਣਾ ਹੈਗਾ ਜੀ ਆਪਣੇ ਕੋਲੇ 100 ਤਾਂ 8 ਤੇ 100 ਨੂੰ ਕਟਾ ਲਓ 4 ਦੇ ਭਾੜੇ ਤੇ 4 ਦੋਨੇ 8 25 ਚੌਕਾ 100 ਉੱਪਰਲੇ ਪਾਸੇ ਆਪਣੇ ਕੋਲ ਬਣ ਗਿਆ 25 ਨੂੰ 5 ਨਾਲ ਗੁਣਾ ਕੀਤੀ 125 बटे ਆ ਗਿਆ 2 ਤਾਂ ਜਦੋਂ ਇਹਨੂੰ ਕਾਊ ਆਰ ਡੀ ਬਣਾਵਾਂਗੇ ਬੇਟਾ ਤਾਂ ਇਹ ਆਊਗਾ 62 ਸਹੀ 1/2 ਪ੍ਰਤੀਸ਼ਤ ਕਿਦਾਂ ਆਪਾਂ ਕਰਕੇ ਦੇਖ ਲੈਣੇ ਆ 125 ਅੰਦਰ ਰੱਖਿਆ 2 ਆਪਾਂ ਬਾਹਰ ਰੱਖਿਆ 6 2 12 ਉੱਪਰੋਂ ਉਤਾਰ ਲਿਆ ਜੀ 5 2 2 4 ਘਟਾ ਕੇ ਆ ਗਿਆ 1 ਤਾਂ ਇਹ ਹੈਗਾ ਕਿਆਉ ਇਹ ਹੈਗਾ ਆਰ ਇਹ ਹੈਗਾ ਡੀ ਤਾਂ ਜਦੋਂ ਆਪਾਂ ਕਿਆਉ ਆਰ ਡੀ ਫਾਰਮ ਦੇ ਵਿੱਚ ਲਿਖਾਂਗੇ ਤਾਂ ਇਹ ਆਊਗਾ 62 ਸਹੀ 1/2% ਤਾਂ ਬੇਟਾ ਇਹ ਸੀ ਆਪਣਾ ਫੋਰਥ ਕੁਐਸਚਨ ਇਹਦੇ ਨਾਲ ਹੀ ਆਪਣੀ ਅੱਜ ਦੀ ਵੀਡੀਓ ਕੰਪਲੀਟ ਹੁੰਦੀ ਹੈ ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸ ਤੋਂ ਨੈਕਸਟ ਕੁਐਸਚਨਸ ਦੇ ਨਾਲ ਮਿਲਾਂਗੇ ਠੀਕ ਹੈ ਬੇਟਾ ਬਾਏ ਬਾਏ